ਪੁਲਿਸ ਵੱਲੋਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਨਾਕਾਬੰਦੀ ਦੌਰਾਨ ਥਾਣੇਦਾਰ ਨਛੱਤਰ ਸਿੰਘ ਮੁੱਖ ਅਫਸਰ ਥਾਣਾ ਦੌਰਾਹਾ ਵੱਲੋਂ ਸਾਥੀਆਂ ਸਣੇ ਸਪੈਸ਼ਲ ਨਾਕਾਬੰਦੀ ਪਰ ਚੈਕਿੰਗ ਦੌਰਾਨ ਇੱਕ ਨਾਈਜੀਰੀਆ ਦੀ ਮਹਿਲਾ ਨਾਗਰਿਕ ਤੋਂ 1 ਕਿਲੋ 200 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਮੌਕੇ ਤੇ ਕਾਰ ਚਾਲਕ ਅਤੇ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖੰਨਾ ਦੇ SP ਮਨਪ੍ਰੀਤ ਸਿੰਘ ਨੇ ਦੱਸਿਆ ਕਿ ਨਾਕੇ ਦੌਰਾਨ ਜਦੋਂ ਕਾਰ ਨੂੰ ਰੋਕ ਕੇ ਉਸਦੀ ਚੈਕਿੰਗ ਕੀਤੀ ਗਈ ਤਾਂ ਉਸਦੇ ਵਿੱਚੋਂ 1 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੇ ਆਧਾਰ ਤੇ ਅਸੀਂ ਮਹਿਲਾ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਮੈਂ ਮਾਨਯੋਗ DGP ਸਾਹਿਬ ਦੇ SSP ਸਾਹਿਬ ਦੇ ਹੁਕਮਾਂ ਮੁਤਾਬਕ 15 ਅਗਸਤ ਤੱਕ ਨਾ ਸਪੈਸ਼ਲ ਅਲਰਟ ਜਾਰੀ ਕੀਤਾ ਗਿਆ ਅਤੇ ਉਹਦੇ ਅੰਤਰਗਤ ਅਸੀਂ ਡੇਲੀ ਸਵੇਰੇ ਸ਼ਾਮ ਅਸੀਂ ਸਰਚ ਓਪਰੇਸ਼ਨ ਅਤੇ ਸਪੈਸ਼ਲ ਨਾਕਾਬੰਦੀਆਂ ਚਲਾ ਰਹੇ ਹਾਂ। ਕੱਲ੍ਹ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਸਪੈਸ਼ਲ ਨਾਕਾਬੰਦੀ ਦੇ ਦੌਰਾਨ, ਜਦੋਂ DSP ਪਾਇਲ, SHO ਨਛੱਤਰ ਸਿੰਘ ਦਰਾਹਾ ਇਹ ਡਾਕੇ 'ਤੇ ਮੌਜੂਦ ਸੀ ਅਤੇ ਇੱਕ ਵਾਈਟ ਡਿਸਿਪਟ ਜਿਹੜੀ ਦਿੱਲੀ ਸਾਈਡ ਤੋਂ ਆਈ ਸੀਗੀ ਉਹਨੂੰ ਚੈੱਕ ਕਰਨ ਦੇ ਵਿੱਚੋਂ ਉਹਦੇ 'ਚ ਸਾਨੂੰ 1 ਕਿਲੋ ਅਤੇ 200 ਗ੍ਰਾਮ ਹੈਰੋਇਨ ਬਰਾਮਦ ਹੋਈ। ਅਤੇ ਇਹਦੇ 'ਚ ਜਿਹੜਾ ਗੱਡੀ ਚਲਾ ਰਿਹਾ ਸੀਗਾ ਉਹਦਾ ਨਾਮ ਸੀਗਾ ਪਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ, ਜੋ ਉਹ ਵੀ ਦਿੱਲੀ ਦਾ ਰਹਿਣ ਵਾਲਾ ਹੈ। ਅਤੇ ਇੱਕ ਨਾਲ ਸੀਗੇ ਫੋਰਨ ਨੈਸ਼ਨਲ ਸੀਗੇ ਪ੍ਰਿੰਸੈਸ ਚਨੋਏ, ਉਹ ਵੀ ਜਿਹੜੀ ਉੱਤਮ ਨਗਰ ਨਵੀਂ ਦਿੱਲੀ ਦੀ ਰਹਿਣ ਵਾਲੀ ਹੈ ਲੇਡੀ। ਇਹ ਦੋਨੋਂ ਜਣੇ ਸੀਗੇ ਜਿਹੜੇ ਕਿ 1 ਕਿਲੋ ਅਤੇ 200 ਗ੍ਰਾਮ ਚਿੱਟੇ ਦੇ ਨਾਲ ਕੱਲ੍ਹ ਫੜੇ ਗਏ। ਇਹਨਾਂ ਦੇ ਉੱਪਰ ਨਾਲ ਹੀ ਕਾਰਵਾਈ ਕਰਦੇ ਹੋਏ 125 ਨੰਬਰ ਮੁਕੱਦਮਾ ਦਰਜ ਕਰਕੇ ਅੰਡਰ ਐਪਰੋਪਰੀਏਟ ਸੈਕਸ਼ਨਸ, ਅਤੇ ਇਹਨਾਂ 'ਤੇ ਕਾਰਵਾਈ ਕਰਕੇ FIR ਰਜਿਸਟਰ ਕੀਤੀ ਗਈ। ਅਤੇ ਇਹਨਾਂ ਨੇ ਪਹਿਲੋਂ ਆਪਣੀ ਪ੍ਰਿਲੀਮਨਰੀ ਇਨਵੈਸਟੀਗੇਸ਼ਨ 'ਚ ਇਹਨਾਂ ਨੇ ਦੱਸਿਆ ਵੀ ਹਾਂ ਵੀ ਇਹਨਾਂ ਦਾ ਗਰੁੱਪ ਹੈ ਜਿਹੜਾ ਉਹ ਇੱਕ ਵਾਰੀ ਕੰਸਾਈਨਮੈਂਟ ਪਹਿਲਾਂ ਵੀ ਦੇ ਕੇ ਜਾ ਚੁੱਕਾ ਤਰਨ ਤਾਰਨ, ਕਿੰਨੀ ਸੀਗੀ, ਕਿਹਨੂੰ ਦਿੱਤੀ ਹੈ ਅਤੇ ਕਿੱਦਾਂ ਆਈ ਹੈ, ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਆ ਉਹ ਅਸੀਂ ਖੰਗਾਲ ਰਹੇ ਹਾਂ। ਅੱਜ ਰਿਮਾਂਡ ਲੈਣ ਭੇਜਿਆ ਸੀਗਾ, ਰਿਮਾਂਡ ਲੈ ਕੇ ਆਏ ਨੇ, ਅਤੇ ਉਸ ਤੋਂ ਬਾਅਦ ਅਸੀਂ ਹੁਣ ਇਹਨਾਂ ਤੋਂ ਪੁੱਛਗਿੱਛ ਜਿਹੜੀ ਆ ਟੈਕਨੀਕਲ ਅਤੇ ਆਪਣਾ ਸਖਤੀ ਨਾਲ ਕਰਾਂਗੇ, ਜੋ ਕਿ ਆਊਗਾ ਤੁਹਾਨੂੰ ਉਹਦੇ ਬਾਰੇ ਅਪਡੇਟ ਕੀਤਾ ਜਾਊਗਾ। ਇਹ ਹਾਲੇ ਤਾਂ ਇਹ ਨਾਈਜੀਰੀਆ ਦਾ ਦੱਸਿਆ ਇਹਨਾਂ ਨੇ, ਜੋ ਇਹਦੇ ਦੱਸਣ ਮੁਤਾਬਕ ਇਹ ਹੈ। ਬਾਕੀ ਅਸੀਂ ਸਾਰੇ ਇਹਦੇ ਡਾਕੂਮੈਂਟਸ ਵੈਰੀਫਾਈ ਕਰਾਂਗੇ ਵੀ ਕਈ ਵਾਰੀ, ਕਿਉਂਕਿ ਇਹ ਜਿਹੜੇ ਹੁੰਦੇ ਨੇ ਝੂਠ ਬੋਲਦੇ ਨੇ, ਕਮਿਊਨੀਕੇਸ਼ਨ ਦੇ ਵਿੱਚ ਵੀ ਜਾਣ ਕੇ ਇੱਕ ਬੈਰੀਅਰ ਬਣਾ ਲੈਂਦੇ ਨੇ ਵੀ ਜਿਵੇਂ ਸਾਨੂੰ ਇਹਨਾਂ ਨੂੰ ਸਾਡੀ ਸਮਝ ਨਹੀਂ ਆ ਰਹੀ ਹੈ, ਇਹ ਇੰਗਲਿਸ਼ ਮੈਨੂੰ ਵੀ ਕਈ ਵਾਰੀ ਸਮਝਣ ਤੋਂ ਮਨਾ ਕਰ ਦਿੰਦੇ ਨੇ, ਅਤੇ ਉਹ ਅਸੀਂ ਕਰਕੇ ਪ੍ਰੋਪਰ ਕੰਸਲਟ ਕਰਕੇ ਕਿਸੇ ਵਧੀਆ ਆਪਣਾ ਇਹਨਾਂ ਦੇ ਜਿਹੜੇ ਹੈਗੇ ਐਮਬੈਸੀਜ਼ ਦੇ ਵਿੱਚ ਸਾਰਾ ਇਹਨਾਂ ਦਾ ਪਤਾ ਕਰਾਂਗੇ ਵੀ ਹਾਂ ਕਿੱਥੋਂ ਆਇਆ ਜੀ। ਹਾਂਜੀ, ਇਹ ਦੇਖ ਲਓ ਜੀ, ਜੇ ਆਪਾਂ NCRB ਦੇ ਡਾਟਾ ਦੇ ਨਾਲ ਲਾਈਏ ਤਾਂ ਘੱਟੋ ਘੱਟ 12-13 ਕਰੋੜ ਦੀ ਹੋ ਗਈ ਜੀ। ਅਤੇ ਕਿਹੜੇ ਵੀਜ਼ੇ 'ਤੇ ਇੰਡੀਆ ਆਏ ਹੋਏ ਸੀ ਫੋਰਨ ਨੈਸ਼ਨਲ? ਉਹ ਸਾਰਾ ਅਸੀਂ ਅਸੀਂ ਫੜਿਆ ਹੈ, ਰਿਮਾਂਡ ਲਿਆ ਹੈ। ਹੁਣ ਜਦੋਂ ਅਸੀਂ ਇਹਨਾਂ ਦੀ ਟੈਕਨੀਕਲ ਅਤੇ ਜਿਹੜੀ ਫਾਈਨੈਂਸ਼ੀਅਲ ਸਾਰੀ ਇਨਵੈਸਟੀਗੇਸ਼ਨ ਕਰਾਂਗੇ, ਉਹ ਇਹਨਾਂ ਦੀ ਐਮਬੈਸੀ ਤੋਂ ਪਤਾ ਲੱਗੂਗਾ ਵੀ ਹਾਂ ਵੀ ਜੋ ਕਹਿ ਰਹੇ ਆ ਸੱਚ ਹੈ ਜਾਂ ਨਾਈਜੀਰੀਆ ਤੋਂ ਹੈ, ਅਲਜੀਰੀਆ ਕਿਦੋਂ, ਕਿਹੜੇ ਕੰਟਰੀ 'ਚੋਂ ਹੈ, ਉਹਦਾ ਹੁਣ ਪਤਾ ਲੱਗੂਗਾ। ਅਤੇ ਜਿਹੜੇ ਇਹ ਕੰਮ ਕਰ ਰਹੇ ਸੀ ਐਜ਼ ਏ ਕੋਰੀਅਰ ਕੰਮ ਕਰ ਰਹੇ ਸੀ ਜਾਂ ਸਮਗਲਰ ਹੁੰਦੇ ਸੀ? ਹਾਲੇ ਉਹ ਕਮਿਊਨੀਕੇਸ਼ਨ ਬੈਰੀਅਰ ਦੱਸਿਆ ਨਾ ਜੀ, ਇਹ ਬੋਲਣ ਦੇ ਵਿੱਚ ਹਾਲੇ ਨਾ ਸਾਨੂੰ ਕੋਈ ਉਹ ਨਾ ਕਰ ਨਹੀਂ ਰਿਹਾ, ਆਪਣਾ ਸਾਨੂੰ ਕੋਆਪਰੇਟ ਨਹੀਂ ਕਰ ਰਹੇ। ਜਿਵੇਂ ਜਿਵੇਂ ਅਸੀਂ ਹਾਲੇ ਇਨਵੈਸਟੀਗੇਟ ਕਰਾਂਗੇ ਉਸ ਹਿਸਾਬ ਨਾਲ ਦੱਸਾਂਗੇ। ਸਰ ਪਤਾ ਹੈ ਕਿੱਥੇ ਸਪਲਾਈ, ਕਿੱਥੇ ਮੇਰਾ ਕੰਮ ਦੱਸਿਆ ਜੀ, ਉਹ ਹਾਲੇ ਪੁੱਛ ਕੇ ਸਵਾਲ ਲੱਗੂਗਾ ਜੀ। ਪਹਿਲੀ ਜਿਹੜੀ ਡਿਲੀਵਰੀ ਸੀਗੀ ਉਹ ਅੰਮ੍ਰਿਤਸਰ ਦਿੱਤੀ ਸੀ, ਇਹਨਾਂ ਦੱਸਿਆ ਸੀ ਤਰਨ ਤਾਰਨ ਦੇ ਵਿੱਚ, ਅਤੇ ਹੁਣ ਵੀ ਸ਼ਾਇਦ ਉੱਧਰ ਹੀ ਜਾਣਾ ਸੀਗਾ। ਜਿਹੜਾ ਡਰਾਈਵਰ ਹੈ ਉਹ ਇਹਨਾਂ ਦਾ ਪੰਜਾਬੀ ਹੈ, ਪਲਵਿੰਦਰ ਸਿੰਘ, ਉਹ ਪਹਿਲੋਂ ਵੀ ਆਇਆ ਹੋਇਆ ਇੱਥੇ। ਅਤੇ ਜਿਹੜੀ ਇਹ ਲੇਡੀ ਆਈ ਹੈ ਇਸ ਤੋਂ ਪਹਿਲਾਂ ਇਹਦੀ ਸਿਸਟਰ ਆਈ ਸੀਗੀ ਜਿਹੜੀ ਡਿਲੀਵਰੀ ਦੇਣ ਆਇਆ, ਇਹ ਕਾਫੀ ਗੈਂਗ ਹੈ ਇਹਨਾਂ ਦਾ ਓਪਰੇਟ ਕਰ ਰਿਹਾ ਸੀ, ਇਹਨੂੰ ਸਾਰਾ ਦਾ ਸਾਰਾ ਟੋਟਲ ਮਤਲਬ ਜਿੰਨੀ ਬੈਕਵਰਡ ਅਤੇ ਫਾਰਵਰਡ ਲਿੰਕੇਜ ਸਾਰੀਆਂ ਖੰਗਾਲਾਂਗੇ। ਕਿੰਨੇ ਕੁ ਮਾਮਲੇ ਸਰ ਦਰਜ ਹੈ ਗਏ ਹਾਲੇ? ਇਹੀ ਕਰ ਰਹੇ, ਇਨਵੈਸਟੀਗੇਟ ਕਰ ਰਹੇ ਹਾਂ, ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਤੇ ਹੈ, ਫਰਦਰ ਇਨਵੈਸਟੀਗੇਸ਼ਨ ਸਾਰਾ ਕੁਝ ਸਾਹਮਣੇ ਆਊਗਾ।